ਬੇਟੀ ਮੇਰੀ ਕੁਲਵਿੰਦਰ ਕੌਰ ਆ, ਜੋ ਵੀ ਕੱਲ ਏਅਰਪੋਰਟ ਤੇ ਹੋਇਆ ਉਹਨੇ ਠੀਕ ਕੀਤਾ। ਬਾਕੀ ਦੂਜਾ ਜੋ ਪਰਿਵਾਰ ਆ, ਜੋ ਜਸੇ ਬੰਦੀ ਆ ਉਹਦੇ ਨਾਲ ਆ ਆਖੇ ਹੁਣ। ਪਰ ਮੇਰੀ ਬੇਟੀ ਇੱਦਾਂ ਦੀ ਨਹੀਂ, ਮੈਂ ਨਹੀਂ ਮੰਨਦੀ ਇਹਨੂੰ, ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖਦੀ। ਅਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਛ ਨਹੀਂ ਦੱਸ ਸਕਦੀ, ਮੈਂ ਕੁਛ ਨਹੀਂ ਕਹਿ ਸਕਦੀ। ਜਾਂ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ? ਸੁਣਨ ਚ ਆਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ 4 ਔਰ 5 ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ। ਕੌਣ ਕੌਣ ਹੈਗੇ? ਇੱਕ ਮੇਰਾ ਭਣਵਈਆ, ਦੋ ਮੇਰੇ ਜੇਠ ਲੱਗਦੇ, ਜੇਠ ਹੀ ਆ। ਇੱਕ ਜੇਠ ਮੇਰਾ ਪੂਰਾ ਗਿਆ, ਇੱਕ ਜਲੰਧਰ ਆ, ਇੱਕ ਕੈਪਟਨ ਸਾਹਿਬ ਪਿੰਡ ਆ। ਮੇਰੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਨੂੰ, ਅਜੇ ਤੱਕ ਇਹ ਗੱਲ ਹੋਈ ਨਹੀਂ। ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ। ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ, ਤੁਸੀਂ ਵੀਡੀਓ ਦੇਖੀ ਆ ਮੈਨੂੰ ਨੀ ਦੱਸਿਆ। ਕੱਲ ਫੁੱਲ ਸੀ, ਮੈਂ ਉੱਥੇ ਚੱਲ ਗਈ, ਮੈਂ ਘਰੇ ਨਹੀਂ ਸੀ ਆਦੀ। ਜਿਗਰ ਤੇ ਉਹਨੇ ਕਰਨਾ ਸੀ, ਮਾਂ ਆਪਣੀ ਮਾੜੀ ਹੋਵੇ ਚੰਗੀ ਹੋਵੇ, ਕੋਈ ਬੱਚਾ ਜਾਂਦਾ। ਜਦੋਂ ਮਾਂ ਨੂੰ ਕਹਿਤਾ 100 ਰੁਪਏ ਦੇ ਲੈ ਕੇ, ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀ, ਦੀਵਾਨੀ ਦੀ, ਮੈਂ ਦੀਵਾਨੀ ਦੀ ਹੋ ਗਈ ਆ।